संगे मात नाले तो फेरे लेने कोड़ी आने कदी मुकना नहीं ओए तंदे करना जेरे ए भी मिल जाए ओ भी मिल जाए करना नित्ते बखेरे मक्या कारे खाली कीते ते सुने कीते वेरे बंदगी कर ले उस मालक दी अमली होने नवेरे बैठ सदा किसी रहना नहीं हो अरे उठ कमलिया सिमरन कर ले वेला हाथ नहीं आना ओए आना ना कुछ लेके आया से तो ना कुछ लेके जाना ओए रोंदिया रोंदिया आया सा कवि ने शब्द की बड़ी सुंदर व्याख्या की है। संसार में तू छट के जा रहे हैं आंसू सानू दिखाई नहीं दे आज सैगल साहब कथा का प्रसंग आंसुआ तो ही शुरू करते पुराण के शमशान मुरारी जी ना केवरी पुराण की गल होती है जेड़ा इंसान इन्हों चार चीजा का ज्ञान पा लेंदा ना ਉਹਨਾਂ ਲੋਕ ਵੀ ਸੁਣੇਗਾ ਗਰੜ ਕੁਰਾਨ ਦੇ ਤੀਸਰੇ ਅਧਿਆਇ ਵਿੱਚ ਇੱਕ ਸ਼ਬਦ ਲਿਖਿਆ ਹੈ ਭਗਵਾਨ ਕੀ ਆਏਗੀ ਨਾ ਜੀਵਨ ਦਾ ਕਦੀ ਅਸੀਂ ਉਧਾਰ ਨਹੀਂ ਕਰਾਂਗੇ ਪ੍ਰਭੂ ਉਸਦੇ ਪ੍ਰਿਆ ਮੈਨੂੰ ਇੱਕ ਗੱਲ ਦੱਸੋ ਰੋਣ ਦਾ ਕਾਰਨ ਕੀ ਹੈ ਲੜਾਈ ਦਾ ਵੀ ਕਾਰਨ ਹੈ ਸੁਲਾ ਦਾ ਵੀ ਕਾਰਨ ਹੈ ਤੇ ਮੌਤ ਦਾ ਵੀ ਕਾਰਨ ਕਹਿੰਦਾ ਹੈ ਪ੍ਰਭੂ ਮੈਂ ਤਾਂ ਤੈਨੂੰ ਕਿਹਾ ਸੀ ਮੈਨੂੰ ਇਸ ਕਾਲ ਕੋਠੜੀ ਦੇ ਵਿੱਚੋਂ ਮੁਕਤੀ ਦਿਲਾ ਦਿਓ ਤੇ ਮੈਂ ਤੁਹਾਡੇ ਚਰਨਾਂ ਦਾ ਸਿਮਰਨ ਕਰਾਂਗਾ ਪਰ ਮੈਨੂੰ ਤਾਂ ਤੁਸੀਂ ਮੂਲ ਮਾਇਆ ਦੇ ਜੰਜਾਲ ਵਿੱਚ ਫਸਾ ਦਿੱਤਾ ਮੈਨੂੰ ਪਰਮਾਤਮਾ ਦਿਖਾਈ ਨਹੀਂ ਦਿੰਦਾ ਪਿਆ ਮੈਨੂੰ ਉਹ ਆਪਣੇ ਇਸ਼ਟ ਦੇਵਤਾ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਿਹਾ ਪ੍ਰਭੂ ਮੈਂ ਕਰਾਂ ਕੀ ਮੈਂ ਤਾਂ ਉਸ ਜੰਜਾਲ ਦੇ ਵਿੱਚ ਫੇਰੇ ਕੋਲ ਜਾ ਕੇ ਪੁੱਛੋ ਕਹਿੰਦਾ ਹੇ ਮੇਰੇ ਮਾਲਕਾ ਜੇ ਮੈਂ ਠੀਕ ਹੋ ਜਾਵਾਂਗਾ ਨਾ ਤੇਰੇ ਚਰਨਾਂ ਦਾ ਸਿਮਰਨ ਕਰਾਂਗਾ ਕਿੰਨਾ ਗਿਆਨ ਲਗਨ ਦੇ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਸਵਰਗੀ ਸ਼੍ਰੀ ਕ੍ਰਾਂਤੀ ਲਾਲ ਜੀ ਕੱਲ ਦੀ ਗੱਲ ਹੈ ਹੱਥਾਂ 'ਚ ਵਿਆਹ ਹੋਇਆ ਮਾਗੋ ਪਰਿਵਾਰ ਦੇ ਵਿੱਚ ਅੱਜ ਚੁਗਲੀ
ਬਾਵੀ ਚੱਪਲ ਸਟੋਰ ਤੋਂ ਬਾਬਾ ਮੁਰਾਦ ਸ਼ਾਹ ਦੀ ਸ਼ਰਨ ਦੇ ਵਿੱਚ ਜਾ ਕੇ ਇੰਨਾ ਪਿਆਰ ਇੰਨਾ ਰਾਜਾ ਦਸ਼ਰਥ ਨੂੰ ਅੱਜ ਤੱਕ ਕਿਸੇ ਨੇ ਯਾਦ ਕੀਤਾ ਹੈ? ਸ਼ਾਸਤਰ ਕੀ ਕਹਿੰਦਾ ਹੈ? ਹਾਰੇ ਕੋਈ ਕਹੇ ਤੁਹਾਡਾ ਸਾਡਾ ਕੀ ਮੁਕਾਬਲਾ? ਸਾਨੂੰ ਤੁਸੀਂ ਦੱਸੋ ਮਾਂ ਕਿੰਨੀ ਦੂਰ ਹੈ? ਉੱਥੇ ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਸੀ, ਮਰਦਾਨਿਆਂ ਜਾ ਕੇ ਅਰਪਣ ਕਰ ਦਿੱਤਾ। ਦਸਵੇਂ ਦਿਨ ਬੇਟਾ ਤੁਸੀਂ ਕੁਸ਼ਾ ਘਾਟ ਤੇ ਗਏ, 10 ਪਿੰਡ ਦਿੱਤੇ ਜਿਹਦੇ ਨਾਲ ਇੱਕ ਹੱਥ ਦਾ ਸ਼ਰੀਕ ਹੁੰਦਾ। 16 ਪਿੰਡ ਕਿਰਿਆ ਦੇ ਦੇਣੇ ਹੈ। ਕਿਰਿਆ ਦੇ ਕਿਸ ਤਰ੍ਹਾਂ ਪਿੰਡ ਦਿੱਤੇ ਜਾਂਦੇ ਆ? ਸੁਭਾਸ਼ ਜੀ ਜਿਸ ਤਰ੍ਹਾਂ ਘਰ ਦੇ ਵਿੱਚ ਡੈਡ ਬੋਡੀ ਪੈਂਦੀ ਹੈ, ਸਰੀਰ ਦੇ ਵਿੱਚ ਆਤਮਾ ਸਪੁੱਤਰ ਬਣਦਾ, ਆਤਮਾ ਪੈਂਦੀ ਕਿੱਦਾਂ? ਉੱਥੇ ਇੱਕ ਪਿੰਡ ਹੁੰਦਾ ਜਿਹਨੂੰ ਕਹਿੰਦੇ ਸਹਿ ਪਿੰਡੀਕਰਮ। ਸਹਿ ਪਿੰਡੀਕਰਮ ਦਾ ਕੀ ਮਤਲਬ ਹੈ? ਇਹ ਗੱਲਾਂ ਬੜੀਆਂ ਦੂਰ ਜਾਣਾ। ਮਨੋਹਰ ਲਾਲ ਦਾ ਇੱਕ ਪਿੰਡ ਬਣਿਆ ਸੀ, ਉਹਦੇ 3 ਹਿੱਸੇ ਕਰਕੇ ਪਹਿਲੇ ਉਹਦੇ ਪਿਤਾ ਗਿਆਨਵਾਨ ਦੇ ਅਹੀਰ ਕੇ ਮੁਖਾਰਬਨ ਸੇ ਆਪ ਸਭਨੇ ਗਿਆਨਵਾਨ ਕੀ ਬਾਤੇ ਯੁਗ ਯੁਗ ਹੈ ਉਸ ਧਰਤੀ ਪਰ ਆਇਆ ਹੈ। ਵਿਧੀ ਕਾ ਵਿਧਾਨ ਹੈ। ਸਬਸੇ ਪਹਿਲੇ ਹਮਾਰੇ ਸ਼੍ਰੀ ਖਰੈਦੀਵਾਲ ਜੀ ਗੁਲਾਟੀ ਛੋਟੀ ਸੀ ਉਮਰ ਮੇ, ਤਕਰੀਬਨ 54-55 ਸਾਲ ਦੀ ਉਮਰ ਮੇ ਹਮ ਸਭ ਕੋ ਗੁਲਾਟੀ ਪਰਿਵਾਰ ਕੋ ਹਮ ਸਭ ਕੋ ਅਲਵਿਦਾ ਕਹਿ ਕਰ ਚਲੇ ਗਏ ਹਮੇਸ਼ਾ ਕੇ ਲੀਏ। ਖਰੈਦੀਵਾਲ ਜੀ ਮਿਲੇ, ਬਹੁਤ ਜੀ ਮਿਲੇ, ਬੱਬੂ ਸ਼ਾਹ ਮਿਲੇ, ਪੂਰੇ ਪ੍ਰਿੰਸੀਪਲ ਦੇ ਬੰਦੇ ਆਪਣੇ ਬਜ਼ੁਰਗਾਂ ਦੇ ਪਹਿਰਾ ਦਿੰਦੇ ਆ ਰਹੇ, ਜਿਸ ਤਰ੍ਹਾਂ ਸਵਰਗੀ ਬੁੱਟਾ ਰਾਮ ਜੀ ਨੇ ਆਪਣੇ ਅਸੂਲ ਕਾਇਮ ਰੱਖੇ ਸੀ। ਮੇਰੇ ਪਿਤਾ ਜੀ 40-45 ਸਾਲ ਇਸ ਪਾਰਟ ਦੇ ਵਿੱਚ ਮਿਊਂਸਪਲ ਕਮਿਸ਼ਨਰ ਰਹੇ। ਉਹ ਜ਼ਿਆਦਾ ਨਾ ਕੋਈ ਜਾਣਾ, ਉਹਨੇ ਕਹਿੰਦਾ ਰਾਜਕੁਮਾਰ ਸਾਈਕਲ ਕੱਢ ਲਈ ਹੈ, ਜਾਂ ਗਲੇ ਲਾਣਾ ਆਸ਼ੀਰਵਾਦ ਦੇ ਦਿੱਤਾ। ਹਾਲੇ ਛੋਟੇ ਹੁੰਦੇ ਸੀ, ਇੱਕ ਅਸੂਲ ਸੀ, ਪ੍ਰਿੰਸੀਪਲ ਸੀ, ਲੇਕਿਨ ਦੂਜੀ ਪਾਰਟੀ ਨਾਲ ਜੁੜ ਹਾਲੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ। ਲੇਕਿਨ ਇਹ ਵਿਧੀ ਦਾ ਵਿਧਾਨ ਹੈ, ਜਿੰਨੀ ਸਵਾਸਾਂ ਦੀ ਪੂੰਜੀ ਇਨਸਾਨ ਨੂੰ ਮਿਲਦੀ ਹੈ, ਇਨਸਾਨ ਉਨੇ ਭੋਗ ਕੇ ਜਾਂਦਾ ਹੈ। ਤੇਰਾ ਭਾਣਾ ਮਿੱਠਾ ਲੱਗ ਗਿਆ ਸਾਨੂੰ ਸਾਰਿਆਂ ਨੂੰ, ਜੋ ਪ੍ਰਭੂ ਨੇ ਸਾਨੂੰ ਜੀਵਨ ਦਿੱਤਾ ਵਾ ਅਸੀਂ ਉਹਨਾਂ ਬਤੀਤ ਕਰਨਾ ਵਾ। ਲੇਕਿਨ ਇਨਸਾਨ ਜੇ ਉਮਰ ਭੋਗ ਕੇ ਜਾਵੇ ਤਾਂ ਪਰਿਵਾਰ ਨੂੰ ਦੁੱਖ ਘੱਟ ਹੁੰਦਾ ਵਾ। ਇੱਕ ਜੀਵਨ ਇੱਕ ਸਾਈਕਲ ਦੇ ਸਮਾਨ ਹੈ ਜਿਹਦੇ 2 ਪਹੀਏ ਹੁੰਦੇ ਆ। ਅਗਰ ਸਾਈਕਲ ਤੋਂ 1 ਪਹੀਆ ਨਿਕਲ ਜਾਵੇ ਤਾਂ ਸਾਈਕਲ ਚਲਾ ਬਹੁਤ ਹੀ ਔਖਾ ਅਤੇ ਮੁਸ਼ਕਲ ਹੁੰਦਾ ਵਾ। ਇਸੇ ਤਰੀਕੇ ਦੇ ਨਾਲ ਪਤੀ ਔਰ ਪਤਨੀ ਦਾ ਬਹੁਤ ਹੀ ਪਾਠ ਤੇ ਪੂਰੀ ਤਰ੍ਹਾਂ ਹੁੰਦਾ ਵਾ। ਜੇ ਸਿਰ ਤੋਂ ਸਾਈ ਚਲਾ ਜਾਵੇ ਜੀ, ਇਹ ਗੱਲ ਯਾਦ ਰੱਖਣਾ, ਪਿਤਰੀਆਂ ਦੇ ਨਾਂ ਦੇ ਉੱਤੇ ਪਹਿਲੇ ਦਾਨ ਜ਼ਰੂਰ ਦੇਣਾ ਚਾਹੀਦਾ। ਜੇ ਪਿਤਰੀ ਪ੍ਰਸੰਨ ਹੋ ਗਏ ਤੇ ਸਮਝ ਲਓ ਸਾਰਾ ਸਮਾਜ ਪ੍ਰਸੰਨ ਹੋ ਗਿਆ। ਇਹ ਦੇਵੀ ਕਲਾ ਵਾਸਤੇ, ਕੁਛ ਦਰਸ਼ਨ ਵਾਸਤੇ, ਪਿੰਗਲ ਵਾਲਾ ਵਾਸਤੇ, ਨਕੋਦਰ ਵਾਸਤੇ, ਵਿਆਸ ਵਾਸਤੇ, ਸੱਤ ਕਰਤਾਰ ਵਾਸਤੇ, ਸੱਚਨੇ ਮੰਦਰ, ਬੜੇ ਬੜੇ ਧਰਮ ਸਥਾਨਾਂ ਵਾਸਤੇ, ਗੁਰਦੁਆਰੇ ਵਾਸਤੇ, ਯਥਾ ਸ਼ਕਤੀ ਜੋ ਕੁਛ ਹੈ ਆਪਣੇ ਪਿਤਾ ਦੇ ਨਾਮ ਦੇ ਉੱਤੇ ਦਾਨ ਦੇਣਗੇ। ਹੁਣ ਟਾਈਮ ਹੋ ਚੁੱਕਿਆ ਹੈ, ਲੰਗਰ ਦਾ ਆਯੋਜਨ ਹੈ, ਲੰਗਰ ਗ੍ਰਹਿਣ ਕਰਕੇ ਜਾਣਾ, ਚਾਹੇ ਜਲ ਪਾਨ ਗ੍ਰਹਿਣ ਕਰਕੇ ਜਾਣਾ, ਪੈਸਾ ਨਹੀਂ। ਨਾਨਕ ਦਾਸ ਦਾ ਜਿਹੜਾ ਤੌਲੀਆ ਲਿਆਉਂਦਾ ਹੈ, ਤੌਲੀਆ ਲਿਆਓ, ਬੱਚਿਆਂ ਦੇ ਕੰਧੇ ਉੱਤੇ ਰੱਖੀਏ ਔਰ ਸ਼ਾਂਤੀ ਪਾਠ ਕਰਕੇ ਅੱਜ ਦੀ ਨਾ ਬੋਲੋ।
बने आ तेरे के आना जिथे वारी लोग भी सुनना कोई औखी गल नहीं पढ़ सकते
भजन बोलना ढोलकियां बाजे बजाने कोई स्त्रियां दी पंक्ति विच किस तरह पहुंचाना है। असली गरल पुराण का महत्व है श्याम सुंदर जी ये दस्या है। गर्भ इक्की मां नरक माता दे गर्भ दे विच जिस वक्त बालक श्वास ले रहा है अपने प्रभु नु याद करता है, कहता है प्रभु मैंने तू दर्शन दिते आ साध बुद्धि दिती है चरणा दी भक्ति दिती है कि मैंने इस जोनी दे विचों एक बारी छुटकारा दिता। ये मैंने तू छुटकारा दिला देगा ना ते मैं तेरे चरणा का सिमरन करांगा। असी तो कहने प्रभु सुनदा नहीं गा। गरुड पुराण के तीसरे अध्याय में एक शब्द लिखा है भगवान की आएगी ना जीवन का कभी असी उद्धार नहीं करांगे। प्रभु उस दिन प्रया मैंने भी कल दसो रोन का कारण की है, लड़ाई का भी कारण है, सुलह का भी कारण है, ते मौत का भी कारण है। कहना है प्रभु मैं तो तेनु कहा सी मैनु इस काल कोठड़ी दे विचों मुक्ति दिला दियो, मैं तो हाटे चरणा का सिमरन करांगा, पर मैंने का तुसी मुड़ माया दे जंजाल फसा दिता है, मैंने परमात्मा की खाई नहीं देता पिया, मैंने गुरु अपने इष्ट देवता जेड़े आ वो दिखाई नहीं दे रहा है। प्रभु मैं करा कि मैं तो उस जंजाल के फेरे को जाके पूछो, कहता हे मेरे मालिका जे मैं ठीक हो जावांगा ना तेरे चरणा का सिमरन करांगा। किन्ना ज्ञान आ गया। चलो मारे कहते हैं सूरज उदय होता है तो अंधेरा दूर होता है, दीपक जलाते हैं तो प्रकाश होता है, पर जेड़ा ज्ञान देन वाला है वह भी अंधेरे विच है क्योंकि दीपक के थले भी अंधेरा हो। मारे कहते हैं अंधे को दिखा दर्पण, उसे क्या मालूम दिखा रहे हैं या नहीं दिखा रहे। सोए हुए को जगाओगे तो वह जाग जाएगा, जो अन सोया है उसे जगाने की कोशिश करोगे वह कभी जागेगा नहीं। उन्हें पता है मैं तो पहला ही जागता पिया, दुखां दा निवारण हो गया, मैं ठीक हो गया, ते तेरे चरणा का सिमरन करा। परमात्मा के फरियाद सुनते ठीक हो जाता है, बाद में कहता है रब है कितने, परमात्मा देखा कि नहीं है। असि चार शरीर बैठे हैं, ये दसो रब नु किने देखिया, मंदिर गुरुद्वारा गिरजा घर मस्जिद में परमात्मा नहीं, उठे मिलते मन नु सकून मन नु शांति, परमात्मा तो अंदर बैठा है, चौकड़ी लगा के बैठा है। गुरु महाराज की कहते हैं एक बारी अपने शरीर नु छंछोल के देख, मैं तेनु अंदरों ही प्रगट होके दर्शन जेड़े आ दे दिया। शमशान भूमि जाने है, मारा कर्म ना करो, कल नु असी भी इत्थे आना है। देखो तुसी मेरे बुजुर्ग भी बैठे हो, इस सारी दुनिया को पता है। महाराज कहते हैं जेड़ा एक तो कर्म करके जाएगा ना उस सारी जुगान जुगान तक के संसार के विच तेरा
नाम जेड़ा रह जाएगा। शमशान भूमि जाने है, मारा कम ना करो, कल नूं इत्थे आना है। पर ये स्वागत है, अग्नि संस्कार करके बाहर आने है, फिर कहने सारी दुनिया दे नाल है। वेद पुराण शास्त्र की कथा पढ़ने है, सुनने है। सैगल साहब जाने ना सत्संग दे विच, मान लो आज जिस तरह असी एक शोक सभा दे विच आए, पहली गल तां असी टाइम सिर जाने है, एक गल सुनने वाली सत्संग रोज सुनने है ना, एक गल का प्रमाण बड़ा उच्चा है। पहली गल तां टाइम सिर जाने है, जाके उत्थे असी ज्ञान प्राप्त की करनी है। जे सत्संग नहीं सुनिया, ज्ञान प्राप्त नहीं किया, तो फिर महाराज कहते तेन संग दे विच जान दा लाभ की दसिया गया। जिस वगल मुसीबत आ गई रब नो, जिस वगल मुसीबत निकल गई रब और बुलिया, रब तेथों बख नहीं पर वेखन वाली तेरे कोल अख नहीं। एक वारी शरीर झंझोल के देख, मैं तेनों अंदरों ही प्रगट होके दर्शन दे दिया। आज अरूढ़ मनुष्य बरादरी इस सारे पिछे साडे पाकिस्तान मिंट उमरी लैलपुर, क्योंकि मेरे पिता दादा परदादा 45 साल कल दियां गल्लां, अज स्वर्गीय श्री बूटा राम जी, अज गुलाटी परिवार के गिरधारी लाल जी का, श्याम सुंदर जी का, वेदिता मल जी का, ये सारे परिवार जेडे अज बैठे लगन के नाल बच्चियां का पालन पोषण। स्वर्गीय श्री करंती लाल जी कल की गल है, हथा च ब्याह हो माघो परिवार के हर चुगनी 22 चप्पल स्टोर तो बाबा मुराद शाह की शरण के जाके इन्ना प्यार, इन्ना ये भी कल की गल है, ब्याह होया मेरे हथी डंग परिवार सतपाल सुखीजा जी, स्वर्गीय लाला दीवान शाह जी, इस सुखीजा परिवार भोगपुर के सुभाष जी बिल्ला जी बैठे आ, राजा प्रधान जी नहीं आए, बहुरा नहीं आई है, सारा भोगपुर पहुंचे है। और अलोक नाश की तिने बच्चियां ने स्वामर भी मेरे हथा दे विच, जोगिंदर कल की गल है हाई बैठा है, वरन ईशु लव कुश्ती जोड़ी, ये तो हमें पता है ना, हाल ही कुछ है मनोहर लाल ने देखा नहीं कर, हाले तो सिर्फ है उसने मेहनत ही की है, मेहनत करके करैते लाल जी ने सारे भाइयों नो अपने अपने स्थान पे बैठ सक बैठे है। तो मरदाने ने पूछया, मरदानिया मौत किन्नी दूर है? मरदाना हस के कहता है, लो महाराज जी ये पूछते हो, असी उठ के बाहर जावांगे, असी मर जावांगे। सियानी गल करता है, बाले को पूछया, बाला कहता है गुरु महाराज जी असी हुणे मर जावांगे,
ਕਿਹਾ ਤੂੰ ਉਸ ਤੋਂ ਵੀ ਜ਼ਿਆਦਾ ਸਿਆਣੀ ਗੱਲ ਕਰਦੇ। ਗੁਰੂ ਮਹਾਰਾਜ ਜੀ ਨੂੰ ਨਾ ਥੋੜਾ ਜਿਹਾ ਰੋਸ਼ ਆ ਗਿਆ। ਇੱਕ ਹੁੰਦਾ ਹੈ ਸ਼ਾਮ ਸੁੰਦਰ ਜੀ ਕ੍ਰੋਧ, ਇੱਕ ਹੁੰਦਾ ਹੈ ਰੋਸ਼। ਕ੍ਰੋਧ ਤਾਂ ਸੁਭਾਸ਼ ਜੀ ਅਸੀਂ ਲੜ ਕੇ ਕੱਢ ਲਵਾਂਗੇ, ਪਰ ਰੋਸ਼ ਕਿੱਥੇ ਕੱਢਾਂਗੇ? ਇਹੋ ਜਿਹੇ ਸਦਮੇ ਯਖਮਤ ਦਾ ਫਰਦਾ ਫਰ ਜਾਊ, ਪਰ ਦਰਦ ਮਿਟਾਉਣਾ ਮੁਸ਼ਕਿਲ ਹੈ। ਇਹ ਜ਼ਖਮ ਭਰ ਜਾਣਗੇ। ਸਹਿਗਲ ਸਾਹਿਬ ਨੇ ਆਪਣੇ ਹੱਥਾਂ 'ਚ ਬੜੇ ਦੁੱਖ ਦੇਖੇ। ਇਹ ਜ਼ਖਮ ਤਾਂ ਭਰ ਜਾਏਗਾ, ਪਰ ਮਹਾਰਾਜ ਕਹਿੰਦੇ ਦਰਦ ਜਿਹੜਾ ਜੇ ਸਵਾਗਤ ਖੁਸ਼ੀ ਦਾ ਕੰਮ ਕਰੋਗੇ, ਬਜ਼ੁਰਗਾਂ ਦੀ ਮਾਂ ਬਾਪ ਦੀ ਯਾਦ ਆਉਣੀ ਸ਼ੁਰੂ ਹੋ ਜਾਂਦੀ। ਅੱਜ ਕਹਿੰਦੇ ਕਾਲ ਨੇ ਤਮਾਸ਼ਾ ਕਰ ਦਿੱਤਾ, ਕਾਲ ਨੇ ਨਵਾਂ ਤਮਾਸ਼ਾ ਕੀਤਾ, ਕਾਲ ਨੇ ਨਵਾਂ ਤਾਂਡਵ ਕੀਤਾ। ਗਰਡ ਪੁਰਾਣ ਦੇ 16ਵੇਂ ਅਧਿਆਇ ਵਿੱਚ ਇੱਕ ਸ਼ਬਦ ਆਉਂਦਾ ਹੈ, ਕਾਲ ਪ੍ਰਿਥਵੀ ਕੋ ਫੂਕ ਸਕਤਾ ਹੈ, ਸਮੇਰੂ ਪਰਬਤ ਕੋ ਬਿਖਾਰ ਸਕਤਾ ਹੈ, ਅਰੇ ਸਮੁੰਦਰ ਕੋ ਸੁਕਾ ਸਕਤਾ ਹੈ, ਤੋ ਇਨਸਾਨ ਕਾ ਕਹਿਣਾ ਹੀ ਕਿਆ। ਇਨਸਾਨ ਦਾ ਇੱਕੋ ਕਹਿਣਾ ਕਿ ਮੈਂ। ਗੀਤਾ ਵਿੱਚ ਸੰਸਕ੍ਰਿਤ ਦਾ ਸ਼ਬਦ ਆਉਂਦਾ ਹੈ, ਮਮ ਏਵਮ ਅਮਮ, ਮੈਂ ਬਣਾਇਆ, ਮੈਂ ਗਵਾਇਆ, ਮੈਂ ਸਵਾਰਿਆ, ਮੈਂ ਵਿਗਾੜਿਆ, ਮੈਂ ਨਾ ਹੁੰਦਾ ਦੁਨੀਆਂ ਵਿੱਚ ਕੋਈ ਕੰਮ ਹੀ ਨਹੀਂ ਹੋਣਾ ਸੀ। ਦੱਸੋ ਮੇਰੇ ਬਜ਼ੁਰਗੋ, ਕਦੀ ਕੰਮ ਵੀ ਰੁਕੇ? ਯੁਗਾਂ ਦੇ ਯੁੱਗ ਚਲੇ ਗਏ, ਸਤਯੁਗ ਚਲਾ ਗਿਆ, ਤ੍ਰੇਤਾ ਚਲਾ ਗਿਆ, ਦੁਆਪਰ ਚਲਾ ਗਿਆ, ਤੇ ਕਲਯੁਗ ਸ਼ੁਰੂ ਹੋ ਗਿਆ। ਜੇ ਉਹ ਕੰਮ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ, ਗਰਡ ਪੁਰਾਣ ਦੇ 11ਵੇਂ ਅਧਿਆਇ ਵਿੱਚ ਸ਼ਬਦ ਆਉਂਦਾ ਹੈ, ਅਵਸ਼ਯ ਹੀ ਭਾਵੀ ਭਾਵਾ ਨਾਮ। ਮਹਾਰਾਜ ਕੀ ਕਹਿੰਦੇ? ਕਹਿੰਦੇ ਹੋਣ ਹਾਲ ਕਿਸੇ ਦੇ ਵਿੱਚ ਤਾਕਤ ਹੁੰਦੀ, ਮਰਿਆ ਹੋਇਆ ਇਨਸਾਨ ਜਿੰਦਾ ਹੋ ਸਕਦਾ, ਤੇ ਭਗਵਾਨ ਰਾਮ ਜੀ ਫਿਰ ਦੁੱਖਾਂ ਨੂੰ ਕਦੀ ਪ੍ਰਾਪਤ ਨਾ ਕਰਦੇ। ਰਾਜਾ ਨਾਲੇ ਉਹਦੇ ਕੋਲ ਕਦੀ ਦੁੱਖ ਨਾ ਆਉਂਦੇ, ਧਰਮ ਰਾਜ ਯੁਧਿਸ਼ਠਰ ਕਦੀ ਦੁੱਖਾਂ ਦਾ ਸਾਹਮਣਾ ਨਾ ਕਰਦੇ। ਰਾਜਾ ਦਸ਼ਰਥ ਨੂੰ ਅੱਜ ਤੱਕ ਕਿਸੇ ਨੇ ਯਾਦ ਕੀਤਾ? ਸ਼ਾਸਤਰ ਕੀ ਕਹਿੰਦਾ? ਹਾਰੇ ਕੋਈ ਕਹੇ, ਇੱਕ ਬਾਰ ਦਸ਼ਰਥ ਕਹੇ, ਸਹਸਤ੍ਰ ਅੱਗੇ ਪੁੰਨ ਹੋ। ਮਾਰੇ ਕੀ ਕਹਿੰਦੇ? ਕਹਿੰਦੇ ਕਰੋੜਾਂ ਵਾਰੀ ਰਾਮ ਦਾ ਨਾਮ ਲੈ ਲੈ, ਇੱਕ ਵਾਰੀ ਰਾਜਾ ਦਸ਼ਰਥ ਦਾ ਨਾਮ ਲੈ ਲੈ, ਤੇ ਉਹਨਾਂ ਪੁੰਨ ਪ੍ਰਾਪਤ ਹੋਈ। ਤੁਹਾਡਾ ਸਾਡਾ ਕੀ ਮੁਕਾਬਲਾ? ਸਾਨੂੰ ਤੁਸੀਂ ਦੱਸੋ ਮਾਂ ਕਿੰਨੀ ਦੂਰ ਹੈ? ਉੱਥੇ ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਸੀ, ਮਰਦਾਨਿਆ, ਤੇ ਮਨੋਹਰ ਲਾਲ ਚਲਾ ਗਿਆ। ਗੁਲਾਟੀ ਪਰਿਵਾਰ ਦਾ ਬੱਚਾ ਚਲਾ ਗਿਆ, ਸਾਰੇ ਕੁੜਮਾਚਾਰੇ ਰਿਸ਼ਤੇਦਾਰ ਸਾਰੇ ਸੱਜਣ ਇਕੱਤਰਿਤ ਹੋ ਗਏ, ਨਾਲ ਹੀ ਹੋਲੀ ਜਿਹਾ ਕੰਨ ਵਿੱਚ ਕਹਿ ਦਿੱਤਾ ਕਿ ਹੁਣ ਅਸੀਂ ਲੈ ਚੱਲੀਏ। ਸਵਾਸ ਜੀ ਕਿੰਨੀ ਦੇਰ ਘਰ ਵਿੱਚ ਰੱਖਣੇ ਹੈ? ਜਦਕਿ ਗੁਰੂ ਮਹਾਰਾਜ ਨੇ ਸ਼ਬਦ ਲਿਖਿਆ ਨਾ ਕਿ ਜੀਂਦਿਆਂ ਦੇ ਸਭੇ ਤੇ ਮੋਇਆਂ ਦਾ ਕੋਈ ਨਾ। ਜਦ ਤੱਕ ਸਾਡੇ ਸਵਾਸ ਚੱਲਦੇ ਆ ਨਾ, ਅਸੀਂ ਕਹਿੰਦੇ ਸਾਡਾ ਹੈ। ਸਵਾਸ ਖਤਮ ਹੋ ਗਏ ਕੌਣ ਕਿਸਦਾ? ਮਤਲਬ ਨਿਕਾਲਾ ਕਿਨਾਰੇ ਹੋਵੇ, ਯਾਰ ਦੁਨੀਆ ਮੇ ਆਜ ਤੱਕ ਕੋਈ ਬਣਾਇਆ ਨਹੀਂ, ਅਗਰ ਕਿਸੇ ਨੇ ਪੁੱਛਾ ਤੋ ਕਹਿ ਦਿਆ ਮੇਰੇ ਗੁਰੂ ਜੀ ਨੇ ਫੜਾਇਆ ਜੀ ਨੇ। ਮਾਰੇ ਕਹਿੰਦੇ ਹਰ ਬੰਦਾ ਸਵਾਰਥੀ ਏ, ਸਾਨੂੰ ਕੰਮ ਪਏਗਾ, ਬੰਦੇ ਦੇ ਪੈਰਾਂ ਵਿੱਚ ਵੀ ਲੰਮੇ ਪੈ ਜਾਵਾਂਗੇ। ਜੇ ਮਤਲਬ ਨਿਕਲ ਗਿਆ ਤੂੰ ਕੌਣ ਤੇ ਮੈਂ ਕੌਣ ਏ? ਅੱਜ ਮੁਸੀਬਤ ਦੀ ਖੜੀ
ਅੱਜ ਡੋਲੀ ਦੇ ਉੱਤੇ, ਅੱਜ ਲਵ ਕੁਸ਼ ਦੀ ਜੋੜੀ ਦੇ ਉੱਤੇ, ਢੀਂਗਰਾ ਪਰਿਵਾਰ ਦੀ ਬੇਟੀ ਦੇ ਉੱਤੇ ਇਹ ਇਹਨਾਂ ਨੂੰ ਹੌਲੀ ਹੌਲੀ ਪਤਾ ਲੱਗੇ। ਜਿਸ ਤਾਂ ਲਾਗੇ उस परमात्मा वाहिगुरु अकाल पुरख ने एक शब यात्रा बन गई। उस वक्त सारे सज्जना ने किया एक बारी शब्द उच्चारण कर लो कि राम नाम सत्य है। क्या अगे पीछे सच भूलिया? आज कहने मनोहर लाल जी गए पर यह दसो मनोहर लाल के अंदरों चीज कही गई है? जड़ चेतन जड़ मैंने की है शरीर। श्री कृष्ण भगवान ने अर्जुन की क्या पंचम भूतालयम आत्मा तेरी बाहर निकल गई आज तक गए। दसो आत्मा बाहर निकल गया किसी ने देखा? सैगल साहब केवल तुहाना गल होंगी ना कि आत्मा निकलती कितों है? आत्मा मुंह विचों निकलती है, अखां विचों निकलती है, अखां खुल जाएंगियां, कन्ना विचों निकलती है, कान हिलने शुरू हो जाएंगे। चार जगह तू प्राण निकल जा बंदा स्वर्गां दा अधिकारी हो जाता है। इन्हें कुछ दो रह वाली गल नहीं दसी पर वो गई कितने मिली कितों सी? गुरबाणी दे विच रोज शब्द पढ़ने है ना, इक्का माई जुगत बिहाई तीन चेले परवान, एक संसारी एक भंडारी एक लावे दीवान। गुरु महाराज कहते हैं सारा संसार खलोता किथे आ? उस अलौकिक शक्ति के आधार के उत्ते कुछ अंश शक्ति ने मेरे संसार में आन के जन्म ले लिया। आज यही दोनों बच्चियां का स्वंबर करके चला जाता तेने ज्ञान सभा कह देता पर आज शोक सभा। काल पाए ब्रह्मा वक्त धारा, काल पाए ये अवतरा, काल पाए कल विष्णु प्रकाशा, आए सकल काल का किया तमाशा। देखो कई बार अच्छी तमाशा देखने है ना, इनके घर दुख आ गया है, इन्हू महाराज ने मुसीबत फसा दिता है। महाराज कहते तमाशा ना देखो, तेरे घर तमाशा किस वक्त हो जाना है किसी नु कोई पता नहीं। वैसे तो मौत ने सारे घर तमाशा करना है, तांडव का कह गया मौत ने सारे घर के बरसाना है, किसी ने बख्शिया जाना नहीं गा। एक शब यात्रा राम नाम सत दा सिमरन, ये तुहानू भी पता है, रोज गुरबाणी में शब्द भी पढ़ते हो। आद सच जो काद सच है भी सच नानक उसी भी सच। माए कहने सच की है, एक मरना सच है। बेटे की वरम की ड्यूटी लग गई, पुराने वस्त्र उतार के उस शमशान दे विच बेटा अपने हत्थां दे नाल पिता दी किन्नी सुंदर कुछ शेजा लगाई है, अपने हत्थां दे नाल लगाया है। मैनू एक बारी दसो पिता ने तुहानू किया बेटिया? शास्त्र दा विधान की कहंदा है, पहले दिन पांच पिंड दिते जांदे हैं। साढ़े अरोड़ वंश और सनातन धर्म की विधि का प्रमाण दसिया, पांच पिंड दे के असी अग्नि देवता नूं बुलाने, अग्नि का दान दिता जाता है। चार पिंड चौथे वाले दिन अर्थ बलियां दे के असी सुखीजा साहब अस्थियां नूं उठा लैंदे। आओ पंडित जी गरुड़ पुराण की कथा का उच्चारण कर। पाश तो मुक्ति वास्ते
ਉਹਨੂੰ ਵੀ ਗਿਆਨ ਲੈਣਾ ਪਿਆ ਸੀ ਕਾਗਵਿਸ਼ੁੰਡੀ ਜੀ ਦੇ ਕੋਲੋਂ। ਜੇ ਸਵਾਗਤ ਹੈ ਕਾਗਵਿਸ਼ੁੰਡੀ ਨੇ ਕਿਹਾ ਉਹ ਰਾਮ ਇੱਕ ਮਾਨੁਸ਼ ਚੋਲਾ ਨਹੀਂ, ਉਹ ਜਗਤ ਪਿਤਾ ਭਗਵਾਨ ਵਿਸ਼ਨੂੰ ਦਾ ਅਵਤਾਰ ਹੈ। ਗਦਰ ਪੁਰਾਣ ਦਾ ਮਹੱਤਵ ਕੀ ਹੈ? 16 ਅਧਿਆਇ 18,000 ਸ਼ਲੋਕ। ਕੱਲ ਪੁੱਤਰ ਇਹ ਕਹਿ ਨਹੀਂ ਸਕਦਾ ਕਿ ਮਾਂ ਬਾਪ ਦੇ ਮਰਨ ਦੇ ਉੱਤੇ ਮੇਰਾ ਕਰਤੱਵ ਕੀ ਦੱਸਿਆ। 9ਵੇਂ ਦਿਨ ਗੰਗਾ ਮਈਆ ਦੀ ਗੋਦ ਦੇ ਵਿੱਚ ਅਸਥੀਆਂ ਜਲ ਪ੍ਰਵਾਹ। ਭਾਗੀਰਥ ਨੇ ਕਿੰਨਾ ਤਪ ਕੀਤਾ, 60,000 ਪਿਤਰੀਆਂ ਦੀ ਰਾਤ ਨੂੰ ਪਵਿੱਤਰ ਕਰਨ ਦੇ ਵਾਸਤੇ ਭਗਵਾਨ ਸ਼ੰਕਰ ਦੀ ਜੱਟਾ ਦੇ ਵਿੱਚ ਨਮਾਮੀ ਨਮੀਸ਼ਮ ਨਿਰਵਾਣ ਰੂਪਮ। ਕਾਲੋ ਕਿ ਕਾਲ ਮਹਾਕਾਲ ਹਮਾਰੇ ਪ੍ਰਾਣੀ ਵਿੱਚ ਜਾ ਕੇ ਅਰਪਣ ਕਰ ਦਿੱਤਾ। 10ਵੇਂ ਦਿਨ ਬੇਟਾ ਤੁਸੀਂ ਕੁਸ਼ਾ ਘਾਟ ਤੇ ਗਏ, 10 ਪਿੰਡ ਦਿੱਤੇ ਜਿਹਦੇ ਨਾਲ ਇੱਕ ਹੱਥ ਦਾ ਸ਼ਰੀਕ ਹੁੰਦਾ। 16 ਪਿੰਡ ਕਿਰਿਆ ਦੇ ਦੇਣੇ ਹੈ। ਕਿਰਿਆ ਦੇ ਕਿਸ ਤਰ੍ਹਾਂ ਪਿੰਡ ਦਿੱਤੇ ਜਾਂਦੇ ਆ? ਸੁਭਾਸ਼ ਜੀ ਜਿਸ ਤਰ੍ਹਾਂ ਘਰ ਦੇ ਵਿੱਚ ਡੈਡ ਬੋਡੀ ਪੈਂਦੀ ਹੈ, ਸਰੀਰ ਦੇ ਵਿੱਚ ਆਤਮਾ ਸਪੁੱਤਰ ਬਣਦਾ ਹੈ, ਆਤਮਾ ਪੈਂਦੀ ਕਿੱਦਾਂ? ਉੱਥੇ ਇੱਕ ਪਿੰਡ ਹੁੰਦਾ ਹੈ ਜਿਹਨੂੰ ਕਹਿੰਦੇ ਸਿਰਫ ਪਿੰਡੀਕਰਨ। ਸਿਰਫ ਪਿੰਡੀਕਰਨ ਦਾ ਕੀ ਮਤਲਬ ਹੈ? ਇਹ ਗੱਲਾਂ ਬੜੀਆਂ ਗੁਰ ਜਾਣਾ। ਮਨੋਹਰ ਲਾਲ ਦਾ ਇੱਕ ਪਿੰਡ ਬਣਿਆ ਸੀ, ਉਹਦੇ 3 ਹਿੱਸੇ ਕਰਕੇ ਪਹਿਲੇ ਉਹਦੇ ਪਿਤਾ ਬੁੱਢਾ ਕਿ ਕਰਮ ਨਹੀਂ ਕਰਾਓਗੇ ਪ੍ਰਾਣੀ ਘਰ ਦੇ ਵਿੱਚੋਂ ਕਦੀ ਬਾਹਰ ਨਹੀਂ ਜਾਏ। ਕਹਿੰਦੇ ਨਾ ਰਾਤ ਨੂੰ ਸੁਪਨੇ ਵਿੱਚ ਆਉਂਦਾ ਹੈ, ਫਿਰ ਅਸੀਂ ਪੜਦਾ ਜੋਸ਼ੀਆਂ ਕੋਲ ਜਾਂਦੇ ਹਾਂ, ਉਹ ਕਹਿੰਦੇ ਪਿਤਰ ਦੋਸ਼ ਲੱਗ ਗਿਆ ਜੀ ਜਾਂ 25,000 ਜੀ। ਪਹਿਲੀ ਗੱਲ ਇਹ ਦੱਸੋ ਪਿਤਰ ਦੋਸ਼ ਕੀ ਹੈ? ਤੁਸੀਂ ਪੜ੍ਹੇ ਲਿਖੇ ਜ਼ਿੰਦਗੀ ਵਿੱਚ ਮਾਂ ਬਾਪ ਆਪਣੇ ਬੱਚੇ ਦਾ ਕਦੀ ਮਾੜਾ ਨਹੀਂ ਸੋਚੇਗਾ। ਪੁੱਤਰ ਕਪੁੱਤਰ ਹੋ ਸਕਦੇ ਆ, ਪਰ ਮਹਾਰਾਜ ਕਹਿੰਦੇ ਤੁਸੀਂ ਸੇਵਾ ਨਹੀਂ ਕੀਤੀ, ਤੁਸੀਂ ਕੋਈ ਕਰਮ ਨਹੀਂ ਕਰਾਇਆ। ਸਵੇਰੇ ਉੱਠ ਕੇ ਮਾਂ ਬਾਪ ਦੀ ਤਸਵੀਰ ਨੂੰ ਮੱਥਾ ਟੇਕ ਕੇ ਚਲੇ ਜਾਓ, ਮੂਲ ਮੰਤਰ ਦਾ ਉਚਾਰਨ ਕਰ ਦਿਓ, ਸੰਕਟ ਮੋਚਨ ਪੜ੍ਹ ਲਓ, ਤੁਹਾਨੂੰ ਜ਼ਿੰਦਗੀ ਵਿੱਚ ਕਦੀ ਕਸ਼ਟ ਪ੍ਰਾਪਤ ਨਹੀਂ ਹੋਏ। ਅੱਖਾਂ ਦੇ ਵਿੱਚ ਹੋਣੀ ਚਾਹੀਦੀ ਹੈ, ਪੈਰੀ ਹੱਥ ਲਾਉਣਾ ਜ਼ਿਆਦਾ ਆਸ਼ੀਰਵਾਦ ਪ੍ਰਾਪਤ ਨਹੀਂ ਹੁੰਦਾ, ਉਹਦੇ ਵਾਸਤੇ ਕਰਾਣੀ ਪੈਂਦੀ ਹੈ ਨਰੈਣੀ ਬਲੀ। ਨਰੈਣੀ ਬਲੀ ਕਿੱਥੇ ਹੁੰਦੀ ਹੈ? ਗਿਆ ਜੀ ਵਿੱਚ। ਰਾਜਾ ਦਸ਼ਰਥ ਨੇ ਇੱਕ ਇੱਕ ਪਿੰਡ 16 ਦਿਨ ਦਿੱਤਾ ਸੀ, ਔਰ ਸ਼ਰਾਧਾਂ ਦੇ ਵਿੱਚ ਹੁੰਦੀ ਜੇ ਰਾਜਾ ਕਰਨ ਨੇ ਸ਼ਰਾਧ ਬਣਾਏ ਸੀ ਧਰਤੀ ਤੇ ਆਣ ਕੇ ਸਵਰਗ ਲੋਕ ਦੇ ਵਿੱਚੋਂ। ਜਿਹੜਾ ਇਨਸਾਨ ਗਿਆ ਜੀ ਵਿੱਚ ਕਰਮ ਕਰਵਾ ਗਿਆ, ਤੁਹਾਨੂੰ ਸ਼ਰਾਧ ਕਰਨ ਦੀ ਵੀ ਜ਼ਰੂਰਤ ਨਹੀਂ ਦੱਸੀ ਗਈ। ਅਗਰ ਗਿਆ ਨਹੀਂ ਜੀ ਜਾ ਸਕਦੇ ਤੇ ਫਲਗੂ ਜਾਓ, ਫਲਗੂ ਨਹੀਂ ਪਹਿਵੇ। ਪਹਿਵਾ ਤੁਸੀਂ ਬੇਟਾ ਕਰਾ ਕੇ ਆਇਓ, ਉੱਥੇ 16 ਦਿਨ ਨੇ, ਇੱਥੇ 16 ਮਿੰਟ। ਨਾਲੇ ਗਦਵੀ ਤੇ ਹੱਥ ਰੱਖੋ ਜੀ, ਮਾਂ ਮਤਰੰਜ ਦਾ ਪਾਠ ਬੋਲੋ ਜੀ। ਕਿਹਾ ਨਾ ਬੇਟਾ ਉਹਨਾਂ ਨੇ 21 ਯਾਦ ਆ ਜੀ, 25 ਯਾਦ ਆ, 26 ਯਾਦ ਆ ਜੀ। ਪਹਿਲੀ ਗੱਲ ਤਾਂ 2-4 ਵਾਰੀ ਮੰਮੀ ਗਿਆ ਸੁਭਾਸ਼, ਬੈਠੇ ਬੈਠੇ ਗੱਲ ਪੁੱਛੀ, 20 ਲੱਖ ਮਾਂ ਮਤਰੰਜ ਦੇ ਪਾਠ ਦਾ ਸੰਕਲਪ ਲੈ ਲੈਂਦੇ ਹੋ, ਇਹ ਕਰਦੇ ਕਿਸ ਵਕਤ? ਪਹਿਲੀ ਗੱਲ ਤੇ ਇਹ ਦੱਸੋ ਮਹਾਮਤਰੰਜੇ ਦਾ ਮਤਲਬ ਕੀ ਹੈ? ਇਹ ਬਿੱਲੇ ਸ਼ਾਹ ਬੜੀ ਗੁੜ ਗਿਆਨ ਵਾਲੀ ਗੱਲ ਹੈ। ਮਹਾਮਤਰੰਜੇ ਵਿੱਚ ਇੰਨੀ ਕੁ ਤਾਕਤ ਦੱਸੀ ਹੈ, ਮੁਰਦੇ ਵਿੱਚ ਵੀ ਜਾਨ ਪੈ ਜਾਂਦੀ, ਪਰ ਕਰਨ ਵਾਲੇ ਵਿੱਚ ਵੀ ਤਾਕਤ ਹੋਣੀ ਚਾਹੀਦੀ। ਜੈਸਾ ਅੰਨ ਵੈਸਾ ਮਨ, ਜਿਹੜਾ ਠੱਗੀ ਨਾਲ ਤੁਸੀਂ ਲੈਂਦੇ ਹੋ ਪੈਸਾ, ਉਹ ਕਦੀ ਫਲਦਾ ਨਹੀਂ ਗਾ। ਸੇਵਕ ਕੋਲੋਂ ਮੰਨ ਕੇ ਜਿੰਨਾ ਤੁਸੀਂ ਮਰਜ਼ੀ ਲੈ ਲਓ। ਮਹਾਮਤਰੰਜੇ ਦਾ ਮਤਲਬ ਜਾਣਦੇ ਹੋ? ਮਹਾਰਾਜ ਕਹਿੰਦੇ ਓਮ ਹੋਮ ਯੋਮ ਸਹਿ ਓਮ ਭੂਰਵੈ ਸਹਿ ਤ੍ਰਿਮੁਖਮ ਯਜਾਮ ਇਹ ਸੁਗੰਧੀ ਪੁਸ਼ਟੀ ਵਰਧਨਮ ਉਰਵਾ ਰੁਕਵੇ ਬੰਦਨਾ ਮ੍ਰਿਤਿਓ ਮੋਕਸ਼ ਮਾਮਰਤਾ ਸਵੈ ਭੂ ਓਮ ਸਾ ਯੋ
होम जेरे आठ अक्षर तुसी अगले सिद्धे पढ़ दियो एक साथ एक आठ अक्षर पिछले उल्टे पढ़ो उन्हें कहते संपत करना ये स्वागत ए मेघनाथ यज्ञ कर रहा थी विभीषण ने किया क्या प्रभु अगर यज्ञ हो गया कभी मेघनाथ नहीं मरेगा यज्ञ नु विध्वंस कर दिता वेद मंत्रा में ताकत है लेकिन कर्म वाले विच ताकत नहीं इस वास्ते तुसी अपनी आस्था नाल कर्म नु करवा दिता तुहानू की पता पंडित की बोल रहे हैं की करवा रहे हैं लेकिन महाराज कहते तुहाडी श्रद्धा है तुहाडी विचारधारा शुद्ध दसीए इस सारा कर्म करवा के आज इस गीता मंदिर दे विच बैठ के मनोहर लाल दे निमित इस बच्चे दे निमित आज सारी कुर्माचारी रिश्तेदार नानका दादका पेका परिवार आज दो चार खड़ी का सत्संग करके श्रद्धांजलि दे द्वारा आज मनोहर लाल जी नु विदा करा राम नाम के हीरे मोती राम नाम के हीरे मोती मैं बिखराऊं गली गली ले लो रे कोई राम का प्यारा शोर मचाऊं गली गली सब बोलो बोलो राम बोलो राम बोलो राम 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 बोलो राम बोलो राम बोलो राम 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 एक दो मिनट वास्ता सिमरन क्यों मैं करवाना अगे पीछे मान लो कि साडे कोलो टाइम नहीं मिलता महाराज कहते हैं जिस वक्त किसी के दुख के विच जाओ ना उस प्राणी तुसी श्रद्धांजलि देनी है उसके नाल नाल अपने बुजुर्गों नू याद करो अपने पितरियां नू याद करो जिंदे नाल ए हो जाता है कि साडे पितरे भी प्रसन्न होके सानू आशीर्वाद प्रदान करते माया के दीवानों सुन लो एक दिन ऐसा आवेगा कि माइक जाना यहीं धरा रह जाएगा माया मरी ना मन मरे मर मर गए शरीर आशा कृष्णा ना मिटे क्या क्या भगत दे कबीरे माए कहने के मुंह माया दे तू जंजाल में फसी है अगर इस जंजाल नु छड़ के मेरी शरण दे विच आ जाएगा ना ते तेरा कल्याण हो जाएगा माया के दीवानो सुन लो एक दिन ऐसा जावेगा सुंदर काया माटी होगी इस रेखा का मान करना है पांच तत्व का मान करना है एक गोरे कारे चमड़े का मान करना है महाराज कहते आत्मा का मान कर जिस आत्मा का परमात्मा ने नाम मिलन होना है सुंदर काया माटी होगी अरे चर्चा गली गली अरे ले लो रे कोई राम का प्यारा अरे शोर मचाओ गली गली बोलो राम बोलो राम बोलो राम 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 बोलो बोलो राम बोलो
ਨਾ ਮੇਰਾ ਅਰੇ ਜਿਨ ਜਿਨ ਨੇ ਜੇ ਮੋਤੀ ਲੂਟੇ ਵੈ ਤੋ ਮਾਲਾ ਮਾਲ ਹੋਵੇ ਧਨ ਦੌਲਤ ਕੇ ਬਣੇ ਪੁਜਾਰੀ ਆਖਰ ਵੈ ਕੰਗਾਲ ਹੋਵੇ ਹਰ ਚੀਜ਼ ਪੈਸੇ ਨਾਲ ਨੀ ਖਰੀਦੀ ਜਾਂਦੀ ਮਹਾਰਾਜ ਕਹਿੰਦੇ ਆ ਪੈਸੇ ਸੇ ਸ਼ੌਹਰਤ ਨਹੀਂ ਮਿਲਤੀ ਸ਼ੌਹਰਤ ਸੇ ਅਰਬੋਂ ਕਾ ਮਾਲਕ ਬਣ ਜਾਂਦਾ ਹੈ ਮੈਨੂੰ ਇੱਕ ਗੱਲ ਯਾਦ ਆ ਗਈ ਸਹਿਗਲ ਸਾਹਿਬ ਰਾਜਾ ਅਕਬਰ ਜਾ ਰਹੇ ਰਸਤੇ ਵਿੱਚ ਚੌਧਰੀ ਬੈਠਾ ਗੱਲ ਸੁਣਨ ਵਾਲੀ ਹੈ ਰਾਜਾ ਅਕਬਰ ਕਹਿੰਦੇ ਚੌਧਰੀ ਮੈਨੂੰ ਪਿਆਸ ਲੱਗੀ ਮੈਨੂੰ ਜਲ ਪਿਲਾ ਦੇ ਚੌਧਰੀ ਕਹਿੰਦਾ ਮਾਮੂਲੀ ਗੱਲ ਹੈ ਜਲ ਪਿਲਾ ਦਿੱਤਾ ਰਾਜਾ ਅਕਬਰ ਜਾਣ ਲੱਗਾ ਕਹਿੰਦਾ ਚੌਧਰੀ ਮੈਂ ਰਾਜਾ ਅਕਬਰ ਹਾਂ ਤੈਨੂੰ ਕਦੀ ਕੋਈ ਜ਼ਰੂਰਤ ਪਵੇ ਸਾਡੀ ਚੌਖੜ ਦੇ ਉੱਤੇ ਆ ਦੇਖੋ ਬੰਦੇ ਨੂੰ ਬੰਦੇ ਦੀ ਲੋੜ ਅੱਖਾਂ ਦੀ ਲੋੜ ਪੈ ਜਾਂਦੀ ਬੰਦਾ ਤਾਂ ਬੜੀ ਇੱਕ ਦੂਰ ਦੀ ਗੱਲ ਦੱਸੀ ਘਰ ਵਿੱਚ ਗਰੀਬੀ ਆ ਗਈ ਪਤਨੀ ਨੇ ਕਿਹਾ ਜਾ ਰਾਜਾ ਦੇ ਕੋਲ ਰਾਜਾ ਕੋਲ ਜਿਸ ਵਕਤ ਪਹੁੰਚੇ ਦਰਬਾਰ ਨੂੰ ਕਿਹਾ ਅੰਦਰ ਜਾ ਕੇ ਕਹਿ ਚੌਧਰੀ ਆਇਆ ਰਾਜਾ ਨੇ ਕਿਹਾ ਕਿ ਅੰਦਰ ਭੇਜੇ ਚੌਧਰੀ ਅੰਦਰ ਗਿਆ ਰਾਜਾ ਦੋਨੇ ਹੱਥ ਫੈਲਾ ਕੇ ਕੀ ਕਹਿੰਦਾ ਕਹਿੰਦਾ ਹੇ ਅੱਲਾ ਮੀਆਂ ਮੈਨੂੰ ਇੰਨੀ ਕੁ ਦੌਲਤ ਦੇ ਮੈਂ ਲੋਕਾਂ ਨੂੰ ਵੰਡਦਾ ਹੀ ਜਾਵਾਂ ਚੌਧਰੀ ਨੇ ਜਿਸ ਵਕਤ ਇੰਨੀ ਗੱਲ ਸੁਣੀ ਨਾ ਵਾਪਸ ਰਾਜਾ ਅਕਬਰ ਕਹਿੰਦਾ ਚੌਧਰੀ ਆਇਆ ਕਿੱਧਰ ਹੈ ਕੀ ਮੰਗਣ ਵਾਸਤੇ ਆਇਆ ਮੰਗ ਮੰਗਦਾ ਕਿਉਂ ਨਹੀਂ ਗਾ ਕਹਿੰਦਾ ਤੇਰੇ ਕੋਲ ਮੰਗਾਂਗੀ ਤੂੰ ਤਾਂ ਮੇਰੇ ਜ਼ਿਆਦਾ ਵੀ ਖਾ ਰਹੀ ਹੈ ਜਿਸ ਮਾਲਕ ਕੋਲ ਤੂੰ ਮੰਗ ਰਹੇ ਹੈ ਅਸੀਂ ਵੀ ਉਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਕੋਲ ਮੰਗਾਂਗੇ ਜਿਹੜਾ ਕਿ ਸਾਰੀ ਦੁਨੀਆਂ ਨੂੰ ਦੇਣ ਵਾਲਾ ਹੈ ਬੰਦਾ ਕਹਿੰਦਾ ਮੈਂ ਦਿੱਤਾ ਇੱਕ ਰਾਜਾ ਦੇ ਮੰਤਰੀ ਜਾ ਰਹੇ ਆ ਰਾਜਾ ਰਸਤੇ ਵਿੱਚ ਮੰਤਰੀ ਨੂੰ ਪੁੱਛਦਾ ਕਿੰਨਾ ਕੁ ਮਾਲ ਇਕੱਠਾ ਹੋ ਗਿਆ ਮੰਤਰੀ ਕਹਿੰਦਾ ਮਹਾਰਾਜ ਜੀ 7 ਕੁੱਲਾਂ ਖਾ ਲੈਣਗੀਆਂ ਰਾਜਾ ਨੇ ਚੰਦ ਮਾਰੀ ਮੂੰਹ ਦੇ ਉੱਤੇ ਕਹਿੰਦਾ ਅੱਠਵੀ ਦਾ ਕਿਵੇਂ ਖਿਆਲ ਰੱਖਣਾ ਥੋੜਾ ਹੋਰ ਲੁੱਟ ਲਓ ਸਾਹਮਣੇ ਕੀ ਦੇਖਿਆ ਦੇਖੋ ਪ੍ਰਮਾਤਮਾ ਗਿਆਨ ਕਿਸ ਵਕਤ ਦਿੰਦਾ ਸਾਹਮਣੇ ਕੀ ਦੇਖਿਆ ਕਿ ਕੁਟੀਆ ਬਣੀ ਕੁਟੀਆ ਦੇ ਬਾਹਰ ਇੱਕ ਮਹਾਤਮਾ ਜੀ ਬੈਠੇ ਕਿਹਾ ਥੋੜਾ ਜਿਹਾ ਅੰਨ ਮਹਾਤਮਾ ਜੀ ਨੂੰ ਦਿਆ ਜਾ ਕੇ ਅੰਨ ਪਾਣੀ ਦਿੱਤਾ ਮਹਾਤਮਾ ਜੀ ਕਹਿੰਦੇ ਮੇਰੀ ਗੱਲ ਸੁਣਨਾ ਪਹਿਲਾਂ ਮੈਂ ਆਪਣੀ ਪਤਨੀ ਕੋਲ ਪੁੱਛ ਲਵਾਂ ਪਤਨੀ ਕੋਲ ਜਾ ਕੇ ਪੁੱਛਿਆ ਪਤਨੀ ਨੇ ਕਿਹਾ ਵੀ ਅੱਜ ਦਾ ਤਾਂ ਸਾਨੂੰ ਪ੍ਰਮਾਤਮਾ ਨੇ ਦੇ ਦਿੱਤਾ ਕੱਲ ਨਾਮ ਕਾਲ ਦਾ ਕੱਲ ਕਿਹਨੇ ਦੇਖਿਆ ਕੱਲ ਹੋਏਗਾ ਜਿਹਨੇ ਪੈਦਾ ਕੀਤਾ ਆਪਣੇ ਆਪ ਦੇ ਦੇਗਾ ਵਾਪਸ ਆ ਗਿਆ ਕਿਹਾ ਮਹਾਰਾਜ ਜੀ ਇਹ ਸ਼ਬਦ ਕੀ ਆ ਕਹਿੰਦਾ ਉਹ ਕੱਲ ਨੂੰ ਯਾਦ ਕਰਦੇ ਲੇਕਿਨ ਅੱਠਵੀਂ ਪੁਸਤ ਨੂੰ ਯਾਦ ਕਰਦਾ ਸਭ ਕੁਛ ਛੱਡ ਕੇ ਜੰਗਲਾਂ ਵਿੱਚ ਪ੍ਰਭੂ ਦੇ ਭਗਤੀ ਦੇ ਵਿੱਚ ਬਲੀਨ ਹੋ ਕੇ ਆਪਣਾ ਜੀਵਨ ਸਫਲ ਬਣਾ ਲਿਆ ਮਹਾਰਾਜ ਕਹਿੰਦੇ ਆ ਰਾਮ ਨਾਮ ਦੇ ਹੀਰੇ ਮੋਤੀ ਇਹੋ ਦੇ ਅੰਦਰ ਪੈਦਾ ਕਰ ਜਿਹਦੇ ਨਾਲ ਤੇਰਾ ਲੋਕ ਵੀ ਸੁਖੀ ਹੋ ਜਾਵੇ ਤਾਂ ਲੋਕ ਦੇਖੋ ਯਸ਼ ਤਦੇ ਮਿਲਦਾ ਜੇ ਦੁਨੀਆਂ ਯਸ਼ ਕਾਵੇ ਆਪਣੇ ਮੂੰਹ ਤੋਂ ਕਹੀ ਜਾਈ ਅਸੀਂ ਬੜੇ ਚੰਗੇ ਹੈ ਮਹਾਰਾਜ ਕਹਿੰਦੇ ਚੰਗੇ ਏਦਾਂ ਬੰਦਾ ਨਹੀਂ ਗਾ ਚੰਗਾਈ ਇਸ ਤਰ੍ਹਾਂ ਬਣਦੀ ਹੈ ਜਿਸ ਜਿਸ ਨੇ ਜੇ ਮੋਤੀ ਲੂਟੇ ਵੈ ਤੋ ਮਾਲਾ ਮਾਲ ਹੋਏ ਧਨ ਦੌਲਤ ਕੇ ਬਣੇ ਪੁਜਾਰੀ ਆਖਰ ਵੈ ਕੰਗਾਲ ਹੋਏ ਸੋਨੇ ਚਾਂਦੀ ਵਾਲੋ ਸੁਣ ਲੋ ਸੋਨੇ ਚਾਂਦੀ ਵਾਲੋ ਸੁਣ ਲੋ ਸ਼ੋਰ ਮਚਾਵੋ
ਕੇ ਲਿਖਿਆ ਦੁਨੀਆ ਤੋਂ ਤੂੰ ਕਦ ਤੱਕ ਪਗਲੇ ਆਪਣਾ ਹੀ ਕਹਿਲਾਵੇਗਾ ਈਸ਼ਵਰ ਕੋ ਤੂੰ ਅਰੇ ਭੁੱਲ ਗਿਆ ਹੈ ਅੰਤ ਸਮੇਂ ਪਛਤਾਵੇਗਾ। ਅੱਜ ਪਰਮਾਤਮਾ ਨੂੰ ਭੁੱਲੀ ਹੋਈ ਹੈ, ਰੱਬ ਨੂੰ ਭੁੱਲੀ ਹੈ, ਰੱਬ ਸਾਨੂੰ ਯਾਦ ਨਹੀਂ। ਪਰ ਮਹਾਰਾਜ ਕਹਿੰਦੇ ਮੈਂ ਤੇਰੇ ਕੋਲ ਆ, ਤੂੰ ਮੇਰੇ ਤੋਂ ਦੂਰ ਜਿਹੜਾ ਜਾ ਰਿਹਾ। ਦੁਨੀਆ ਤੋਂ ਤੂੰ ਕਦ ਤੱਕ ਪਗਲੇ ਆਪਣਾ ਹੀ ਕਹਿਲਾਵੇਗਾ, ਅਰੇ ਈਸ਼ਵਰ ਕੋ ਤੂੰ ਅਰੇ ਭੁੱਲ ਗਿਆ ਹੈ ਅੰਤ ਸਮੇਂ ਪਛਤਾਵੇਗਾ। ਦੋ ਦਿਨ ਕਾ ਯੇ ਚਮਨ ਖਿਲਾ ਹੈ, ਦੋ ਦਿਨ ਕਾ ਯੇ ਚਮਨ ਖਿਲਾ ਹੈ ਅੰਤ ਮੇਂ ਹੋਗੀ ਚਲੋ ਚਲੀ, ਅਰੇ ਲੈ ਲੋ ਰੇ ਕੋਈ ਰਾਮ ਕਾ ਪਿਆਰਾ, ਅਰੇ ਸ਼ੋਰ ਮਚਾਵੋ ਗਲੀ ਗਲੀ ਸਭ ਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬੁਲਾਵਾ ਭੇਜਿਆ ਦੀਆ ਕਮੀਰਾ ਰੋਏ, ਜੋ ਸੁਖ ਸਤ ਸੰਗ ਮੇਂ ਸੋਭੈ ਕੁੰਠ ਨਾ ਹੋਏ, ਰਾਮ ਗਿਓ ਰਾਮ ਅੰਗਿਓ ਜਮ ਕਬ ਪਰਿਵਾਰੇ, ਕਹੁ ਨਾਨਕੇ ਫਿਰ ਕਛੁ ਨਹੀਂ ਸੁਪਨੇ ਓਏ ਸੰਸਾਰ। ਬੋਲ ਸਤਿਗੁਰੂ ਮਹਾਰਾਜ ਕੀ ਜੈ। ਸ਼੍ਰੀ ਬੂਟਾ ਰਾਮ ਜੀ ਦੇ ਵਿਵਾਦ ਦੇ ਨਾਲ ਸੰਵੇਦਨਾ ਪ੍ਰਗਟ ਕਰਨ ਵਾਸਤੇ ਬਾਵੀ ਚੱਪਲ ਸਟੋਰ ਸਵਰਗੀ ਸ਼੍ਰੀ ਕਰਤੀ ਲਾਲ ਜੀ ਨੇ ਜਿਸ ਵਕਤ ਸ਼ੁਰੂ ਕੀਤਾ ਸੀ ਕੰਮ, ਆਕਾਸ਼ ਦੀਆਂ ਬੁਲੰਦੀਆਂ ਤੇ ਅੱਜ ਬੱਚੇ ਆਪਣੇ ਆਪਣੇ ਘਰ ਦੇ ਵਿੱਚ ਜੀਵਨ ਦਾ ਆਨੰਦ। ਸ਼ੂਜ ਐਸੋਸੀਏਸ਼ਨ ਵੱਲੋਂ ਸਾਡੇ ਪ੍ਰਧਾਨ ਮੰਤਰੀ ਦਾ ਰਿਸ਼ੀ ਅਰੋੜਾ ਜੀ ਅੰਡਾ ਸਾਹਿਬ ਜੀ ਸੁਨੀਜਾ ਸਾਹਿਬ ਸਾਹਮਣੇ ਦੁਕਾਨ ਤੇ ਬਾਬਾ ਸਾਹਿਬ ਗਾਬਾ ਸਾਹਿਬ ਕੱਕੜ ਸਾਹਿਬ ਜਿੰਨੇ ਵੀ ਮੁਰਾਰੀ ਜੀ ਲਾਲ ਜੀ ਗਿਰਧਾਰੀ ਲਾਲ ਜੀ ਭਾਈ ਸਾਰਾ ਪਰਿਵਾਰ ਗਾਰਮੈਂਟ ਐਸੋਸੀਏਸ਼ਨ ਵੱਲੋਂ ਮਿਲੀ ਜੀ ਬੈਠੇ ਆ ਸਾਹਮਣੇ, ਬਿੱਲਾ ਜੀ ਹੋਰ ਵੀ ਮੱਕੜ ਪਰਿਵਾਰ, ਕਿਉਂਕਿ ਇਹ ਸਾਰਾ ਬਾਜ਼ਾਰ ਸ਼ੂਜ ਐਸੋਸੀਏਸ਼ਨ ਰੈਡੀ ਗਾਰਮੈਂਟ ਮੁਨਿਆਰੀ ਐਸੋਸੀਏਸ਼ਨ ਸਾਰੇ ਜਿੰਨੇ ਵੀ ਸੱਜਣ ਅੱਜ ਬਾਜ਼ਾਰ ਦੇ ਇੱਕ ਇੱਕ ਸੱਜਣ ਖਾਸ ਤੌਰ 'ਤੇ ਪੁਰਾਣਾ ਮੁਹੱਲਾ ਰਸਤੇ ਮੁਹੱਲੇ ਦੇ ਵਿੱਚ ਜਿੱਥੇ ਸਾਰੀ ਉਮਰ ਇੱਕ ਪਰਿਵਾਰ ਰਿਹਾ ਹੈ, ਅੱਜ ਕੁਛ ਸ਼ਰਧਾਂਜਲੀਆਂ ਵੀ ਹੈ, ਦੋ ਚਾਰ ਮਿੰਟ ਬੋਲਣ ਦਾ ਮੌਕਾ ਵੀ ਹੈ। ਮੈਂ ਸਭ ਤੋਂ ਪਹਿਲਾਂ ਮੁਰਾਰੀ ਲਾਲ ਜੀ ਨੂੰ ਕਹਾਂਗਾ, ਇਸ ਪਰਿਵਾਰ ਦੇ ਨਾਲ ਪਿਆਰ ਵੀ ਹੈ, ਬਾਜ਼ਾਰ ਵੱਲੋਂ ਵੀ ਕੁੜਮਾਚਾਰੀ ਵੱਲੋਂ ਵੀ। ਮੁਰਾਰੀ ਲਾਲ ਜੀ ਦੋ ਮਿੰਟ ਵਾਸਤੇ ਜਿਹੜਾ ਆਪਣੇ ਵਿਚਾਰ ਦੱਸਣਗੇ। ਗਿਆਨਵੰਤ ਅਹੀਰ ਕੇ ਮੁਖਾਰਬਿੰਦ ਸੇ ਆਪ ਸਭਨੇ ਗਿਆਨ ਬਾਣ ਕੀ ਬਾਤੇ ਯੁਗ ਯੁਗ ਹੈ ਧਰਤੀ ਪਰ ਆਇਆ ਹੈ, ਹਮੇ ਇਹਨਾਂ ਨੇ ਬਤਾਇਆ ਹਮੇ ਕਿਆ ਕਰਨਾ ਚਾਹੀਏ, ਇਸ ਜੀਵ ਕੋ ਕਿਆ ਕਰ ਰਹਾ ਹੈ, ਹਮ ਕਿਸ ਲਈ ਆਏ ਥੇ ਔਰ ਕਿਆ ਕਰ ਰਹੇ ਹੈ। ਉਹਨਾਂ ਨੇ ਇਸ ਬਾਤ ਕੋ ਪ੍ਰਕਾਸ਼ ਡਾਲਾ, ਹਮ ਸਭ ਆਜ ਸ਼ਰਧਾ ਸੁਮਨ ਅਰਪਿਤ ਕਰਨ ਕੇ ਲੀਏ ਇਹਨਾਂ ਨੇ ਬਹੁਤ ਸੁੰਦਰ ਪਾਠ ਲਗਾਇਆ ਸ਼੍ਰੀ ਬੂਟਾ ਰਾਮ ਜੀ ਨੇ।
चुन के फूल एकत्रित किए, लेकिन विधि का विधान है सबसे पहले हमारे श्री खरैदी लाल जी गुलाटी छोटी सी उम्र में तकरीबन 54-55 साल की उम्र में हम सबको गुलाटी परिवार को हम सबको अलविदा कह कर चले गए हमेशा के लिए। हमारे आदरणीय श्री मनोहर लाल जी गुलाटी उसी तरह ही हमें गुलाटी परिवार को ढींडा परिवार को सिंधी परिवार को सबको अलविदा कहकर हमेशा के लिए विदा हो गए। अब हमारे बीच में किसी चीज की संभावना होती है कि वो आएंगे, कोई पिछड़ जाए ना मेले में कहीं भी आस होती है कभी ना कभी वो जरूर पाएगा, लेकिन हम अब आस परिवार को आस जो है वो नहीं रही कि हमारे बीच में दोबारा वो आएंगे, हमेशा के लिए अलविदा कह गए। और जो जो तीनों भाई सबसे बड़े खराटी लाल जी और मनोहर लाल जी और हमारे जमुंदर गुलाटी जी तीनों भाई, उनका इतना सुंदर परिवार बहने बैठे हुए तो भैया आज मैं कुछ कह नहीं पा रहा, क्या कहूं इस परिवार के बारे में। हमारे पंडित कौशिक जी ने विस्तार से सब कह दिया है, तो ये जो बाहर से सज्जन आए हैं उनका संदेश आया है, जमीन मिटन हो रही है, समय पर आ गया तो मिटन जरूरी हो से संदेश जो शुभ प्रस्ताव आप देवना श्री केतु भंडारी जी एक्स एमएलए बीजेपी और हमारे बीच में श्री सुरेश सहगल जी एक्स मेयर जलंधर, श्री इंदर सहगल जी और कैलाश सहगल जी सुमन सहगल जी ये हमारे बीच विराजमान हुए, और अशोक कुमार जी मोंगा प्रेमजन बीजेपी साधक, केवल कृष्ण जी मोंगा बीजेपी, संजीव सेठी जी सहारनपुर, अनिल सेठी जी सहारनपुर, बजाज फैमिली मलोत, मक्कर फैमिली, ढींडा फैमिली और धान फैमिली, इनकी ओर से भी संवेदना है। यहाँ सब इकट्ठे हुए हैं तो रमेश खराना जी बहने से स्पष्ट माध्यम के उनके साथ सज्जन आए हैं दोनों से, और जग्गी वगैरह जी दूर तक गठमिर्जा जी डॉक्टर टंडन जी आदमपुर से, सुखमूल ग्रीन मॉडल टाउन से, सुमित नरेंद्र विश्वकर्मा रबट से और डॉक्टर बाबा जी पंडपुर से हमारे मोदी साहब भी आए हैं शोक प्रकट करने के लिए। और जो शोक प्रस्ताव आया है दैनिक सवेरा से हमारे मिस्टर अशोक अमित जी और कुश्ती प्रस्ताव उनकी ओर से आया है, आप ही अमित जी आए हैं, मनचंदा जी प्रवीण हांडा जी और श्रीराधा पल्लव संकीर्तन मंडल की ओर से शोक प्रस्ताव है, श्रीराधा गोपाल मंडल की ओर से भी श्री राम मंदिर धर्म भल्ला की ओर से शोक प्रस्ताव आया है। समय बहुत हो गया है, अधिक बाधा न बनता हुआ मैं ये जो छह भाई हैं
छह भाई हैं, गुरुदेव गुलाबी जी और आशु गुलाबी जी, अदेव गुलाबी जी, सुखदेव गुलाबी जी, स्वयं तख्त बापू जी के सुपुत्र गुरुदेव गुलाबी के और हमारे बिल्कुल जी, मैं उनसे यही करूंगा कि ये छह भाई प्रेम पूर्वक करते रहे, ये अपने परिवार को संभाले और अभी बाधा न बनता होगा। मैं प्रार्थना करूंगा अपने को सभी बहुत हो गया है श्री मंच के विराजमान पंडित जी, सबके छोटे भरा जी मनोहर जी की अंतिम शोक सभा के बीच आए हुए मेरे भैन भराओ बजुर्गो प्यारे प्यारे बच्चे, पंडित गुरु जी ने भी दसिया, मुरारी जी ने भी दसिया, सतपाल जी का बह के गंत जी का बह के उदयपुर तो आए हुए, यही चर्चा हो रही थी। छोटे छोटे बच्चे जो दो इन्होंने कौन देखूगा, पंडित जी क्लीयर कर चुके हैं श्री राम जी की कृपा जिथे है उत्थे सब कुछ है। ठीक है पंडित जी, तुसी विद्वान हो, ज्ञानी हो, संस्कार दिंदे हो, मार्गदर्श दिंदे हो, लेकिन बच्चों का जिस तरह बाप मां करते हैं माँ बाप ही कर सकते, भैन भरा ही कर सकते, बहुत नजदीकी रिश्तेदार संबंधी कर सकते। ठीक है राम जी का चिंतपुर्णी मां का सतगुरां का बाबा मुराद जान का ठीक है ना, तो मेहर है, जे मेहर है तो स्वर्गीय लाला बूटा राम जी असूलों के आदमी सके, बहुत असूलों के आदमी से। दो मिनट लूंगा तुकली घड़ी असूल दसना चाहता, प्रिंसीपल उही संस्कार अच इस परिवार को मिले, रैती राज जी मिले, पौर जी मिले, बब्बू शाह मिले, पूरे प्रिंसीपल के बंदे अपने बजुर्गों के पहरा देंदे आ रहे, जिस तरह स्वर्गीय बूटा राम जी ने अपने असूल कैम रखे से। मेरे पिता जी 40-45 साल इस पार के मिस्टर कमिश्नर रहे, वो जाने ना को जाना उन्हें कहना राजकुमार सैकल कर लिया है क्या, गले लाना आशीर्वाद दे देना, हाले छोटे होंगे से एक असूल सी प्रिंसीपल से, लेकिन दूजी पार्टी का जुड़ रिश्तेदार संबंधी बन गए। कल भोजपुर जाना है, उसे दुख की घड़ी सुभाष जी बिंदा जी जिन्हें भी प्रधान जी परिवार सुपीजा परिवार ए हथा दे लता कि मान उत्थे होया, उत्थे भी एक्स मिनिस्टर कमिश्नर सी सरदार करम सिंह जी जिथे इन्होंने मिलना होया, भरा सतपाल जी के भरावान बहुत मुलापड़ा परिवार, मुरारी राज जी के बजुर्ग राजा जी इन्हों के रिश्तेदार केड़ा केड़ा नहीं, साढ़े पांच पीर रस्ते महल चो टारी बाजार चो इन्हों नहीं जानते, पर काके शाह ने मेहनत बहुत की, अंत तक मेहनत सी। छोटी जी दुकान नू लैके पांच पीर तो शुरू होए, उस तो बाद दो रबड़ दिया फैक्ट्रियां इंडस्ट्रियल स्टेट लगाईया, लेकिन महाराज के घर यह नहीं मंजूर सी कि मैं अपने बच्चों की जी खुशी है वो अपने हाथी देख सका, वो माँ चिंता पूरी नहीं होती। पंडित गुलशन जी ने दसिया ठीक है, जश अप जश मरना जीना हानि लाभ सब विधि हाथ, इस करके भैन मेरीए हौसला रखो, कोई ऐसी गल नहीं, जिथे माँ चिंता पूरी मेहर करूगी उत्थे तेरे सारे भैन भरा रिश्तेदार संबंधी सब बैठे, कितों कितों चल के आए ने, उदयपुर तो लुधियाने तो दिल्ली तो जितों जितों भी आए सब तेरे नाल है, खड़े हाँ खड़े रहेंगे असी, माँ अगे ही बेनती करांगे कि माँ मेरी इन्हों बच्चों से चिंता पुर नहीं, बाबा मुराद शाह तेरे दाते आंदा मुंडा काके शाह का इन्हों पर मेहर भरिया हाथ रखियो, ता कि ये जेड़े अधूरे काम मनोहर लाल जी बच्चों सांझ करके चले गए हैं, ये दोनों बच्चे आपस
ਰਲ ਮਿਲ ਕੇ ਉਹਨਾਂ ਅਧੂਰੇ ਕੰਮਾਂ ਨੂੰ ਪੂਰਾ ਕਰੇ। ਮੈਨੂੰ ਹੁਕਮ ਹੋਇਆ ਸੀ ਪਰ ਮੈਂ ਉਹ ਸ਼ਬਦ ਨਹੀਂ ਕਹਿ ਸਕਦਾ ਕਿਉਂਕਿ ਮੁਰਾਰੀ ਜੀ ਖੜੇ ਨੇ। ਮੈਂ ਸਮਝਦਾ ਠੀਕ ਹੈ ਮੁਰਾਰੀ ਜੀ, ਦੁੱਖ ਦੀ ਘੜੀ ਅਸੀਂ ਇਹ ਬੱਚੇ ਨਾਲ ਇਸ ਪਰਿਵਾਰ ਦੇ ਨਾਲ ਖੜੇ ਹਾਂ, ਉਹ ਖੜੇ ਰਹਾਂਗੇ। ਮਹਾਰਾਜ ਇਸ ਪਰਿਵਾਰ ਨੂੰ ਹੌਸਲਾ ਬਖਸ਼ੇ, ਚਰਨਾਂ 'ਚ ਵਾਸਾ ਦੇਵੇ, ਮਨੋਹਰ ਜੀ ਨੂੰ ਸੁਖ ਸ਼ਾਂਤੀ ਬਖਸ਼ੇ। ਓਮ ਸ਼ਾਂਤੀ, ਓਮ ਸ਼ਾਂਤੀ, ਓਮ ਸ਼ਾਂਤੀ। उस परिवार के साथ अभी मैंने आपको बताया था कि हमारे आदरणीय श्री के डी भंडारी जी मीटिंग में व्यस्त थे। मैंने पहले आपको बताया, उन्होंने मेरे को कहा लेट हो सकता हूं, तो जब वो नहीं आ सका तो मेरे उस जोर से प्रेरणा व्यक्त कर देना, लेकिन वो पहुंच गए हैं। हमारे आदरणीय श्री के डी भंडारी जी, उनसे मैं प्रार्थना करूंगा परिवार के साथ, केवल परिवार की ओर से धन्यवाद सबका कर दे। दोनों से हमारे रंगा श्री के महानुभाव जी, सहारनपुर से श्री परिवार और हमारे श्री सतपाल जी, आखिर जी उनकी मातृ शक्ति आदर महानुभाव, आज से सारे मौत जीवन का अटल सच्चा जो भी प्राणी संसार चाहता उन्हें बिग नक नहीं जाना ही है। बाली का फरमान है मदन लखाए मंदिर में आए, इंसान की किन्नी आज होएगी, इंसान ने की कर्म करना है, इंसान का की भाग्य होएगा, ये सारिया चीज़ा जन्म तो पहले निश्चित होंगे। लेकिन कुछ इंसान अपने कर्मा राही, अपने सुभा राही या अपनी औलाद राही ये छापा छट जाते हैं, जिड़े कि भलाई ने खोल दिया। ਸਾਡੇ ਵਿੱਚੋਂ ਬਹੁਤ ਹੀ ਨੇਕ ਇੱਕ ਕਰਮਯੋਗੀ ਇਨਸਾਨ ਗੁਲਾਟੀ ਸਾਹਿਬ ਚਲੇ ਗਏ ਹੈ, ਲੇਕਿਨ ਉਹਨਾਂ ਨੇ ਕੀਤੇ ਕੰਮ ਸਾਨੂੰ ਹਮੇਸ਼ਾ ਨੂੰ ਯਾਦ ਦਿਲਾਉਣਗੇ। ਉਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਰੇਖ ਸਹਿਗਲ ਜੀ ਇਹਨਾਂ ਦੇ ਪਰਿਵਾਰ ਬਾਰੇ ਸਾਰਾ ਵਿਆਖਿਆਨ ਕਰ ਰਹੇ ਸੀ। ਇਹ ਕਿਸ ਇਨਸਾਨ ਦੀ ਸਹੀ ਪੂੰਜੀ ਹੁੰਦੀ ਹੈ, ਜਿਸ ਇਨਸਾਨ ਨੂੰ ਮਤਲਬ ਦਾ ਜਸ਼ ਮਿਲੇ ਜਿੰਨਾ ਉਹਦਾ ਸਫਲ ਹੁੰਦਾ ਹੈ। ਲੇਕਿਨ ਇਹ ਜਾਣ ਦਾ ਸਮਾਂ ਨਹੀਂ ਸੀ, ਹਲੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸੀ, ਲੇਕਿਨ ਇਹ ਵਿਧੀ ਦਾ ਵਿਧਾਨ ਹੈ, ਜਿੰਨੀ ਸਵਾਸਾਂ ਦੀ ਪੂੰਜੀ ਇਨਸਾਨ ਨੂੰ ਮਿਲਦੀ ਹੈ ਇਨਸਾਨ ਉਨੇ ਭੋਗ ਕੇ ਜਾਂਦਾ ਹੈ। ਤੇਰਾ ਭਾਣਾ ਮਿੱਠਾ ਲੱਗ ਗਿਆ ਸਾਨੂੰ ਸਾਰਿਆਂ ਨੂੰ, ਜੋ ਪ੍ਰਭੂ ਨੇ ਸਾਨੂੰ ਜੀਵਨ ਦਿੱਤਾ ਵੈ ਅਸੀਂ ਉਹਨਾਂ ਹੀ ਬਤੀਤ ਕਰਨਾ ਵੈ। ਲੇਕਿਨ ਇਨਸਾਨ ਜੇ ਉਮਰ ਭੋਗ ਕੇ ਜਾਵੇ ਤਾਂ ਪਰਿਵਾਰ ਨੂੰ ਦੁੱਖ ਘੱਟ ਹੁੰਦਾ ਵੈ। ਇੱਕ ਇਸ ਜੀਵਨ ਇੱਕ ਸਾਈਕਲ ਦੇ ਸਮਾਨ ਹੈ ਜਿਹਦੇ ਦੋ ਪਹੀਏ ਹੁੰਦੇ ਆ, ਅਗਰ ਸਾਈਕਲ ਤੋਂ ਇੱਕ ਪਹੀਆ ਨਿਕਲ ਜਾਵੇ ਤਾਂ ਸਾਈਕਲ ਚਲਾ ਬਹੁਤ ਹੀ ਔਖਾ ਅਤੇ ਮੁਸ਼ਕਲ ਹੁੰਦਾ ਵੈ। ਇਸੇ ਤਰੀਕੇ ਦੇ ਨਾਲ ਪਤੀ ਔਰ ਪਤਨੀ ਦਾ ਬਹੁਤ ਹੀ ਪਾਠ ਅਤੇ ਪੂਰੀ ਤਰ੍ਹਾਂ ਹੁੰਦਾ ਵੈ, ਜੇ ਸਿਰ ਤੋਂ ਸਾਈ ਚਲਾ ਜਾਵੇ ਤਾਂ ਉਸ ਔਰਤ ਵਾਸਤੇ ਜੀਵਨ ਚਲਾ ਬਹੁਤ ਹੀ ਔਖਾ ਅਤੇ ਮੁਸ਼ਕਲ ਹੁੰਦਾ ਵੈ। ਅੱਜ ਅਸੀਂ ਸਾਰਿਆਂ ਨੇ ਈਸ਼ਵਰ ਅੱਗੇ ਹੀ ਪ੍ਰੇਅ ਕਰਨੀ ਹੈ ਕਿ ਸਾਡੀ ਭੈਣ ਨੂੰ ਬੱਚਿਆਂ ਨੂੰ ਮਹਾਰਾਜ ਤਾਕਤ ਦੇਵੇ, ਜਿਹੜਾ ਇਸ ਪਰਿਵਾਰ ਦੇ ਪਹਾੜ ਤਰਿਆ ਵੈ ਉਹ ਸਹਿਣ ਕਰ ਸਕਣ। ਮੇਰਾ ਇਸ ਪਰਿਵਾਰ ਦੇ ਨਾਲ ਨਿੱਜੀ ਸੰਬੰਧ ਹੈ ਕਿਉਂਕਿ ਸਾਗਰ ਪਰਿਵਾਰ ਦੀ ਬੇਟੀ ਇਸ ਘਰ ਦੇ ਵਿੱਚ ਮੈਰਿਡ ਹੈ। ਇੰਦਰ ਸੈਨ ਜੀ ਮੇਰੇ ਭਰਾ ਹੈ, ਉਹਨਾਂ ਦਾ ਹੁਕਮ ਹੈ ਸੀ ਕਿ ਅਸੀਂ ਇੱਕ ਪਰਿਵਾਰ ਨੂੰ ਸੰਵੇਦਨਾ ਵਿਅਕਤ ਕਰਨੀ ਹੈ ਔਰ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਖੜਾ ਹੋ ਕੇ ਪਰਿਵਾਰ ਦਾ ਦੁੱਖ ਮਨਾਵਾਂ। ਮੈਂ ਈਸ਼ਵਰ ਅੱਗੇ ਪ੍ਰੇ ਕਰੂੰਗਾ ਜਿਹੜਾ ਦੁੱਖ ਇਸ ਪਰਿਵਾਰ 'ਤੇ ਆਇਆ ਔਰ ਮਹਾਰਾਣੀ ਨੂੰ ਸਹਿਣ ਕਰਨ ਦੀ ਸ਼ਕਤੀ ਦੇਵੇ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਹਾਂ ਮੈਂ ਅੱਗੇ ਅਰਦਾਸ ਕਰੂੰਗਾ ਕਿ ਸਾਡੇ ਇਸ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇਣਾ, ਪਿੱਛੇ ਪਰਿਵਾਰ ਨੇ ਪਾਣਾ ਮਨ ਦਾ ਬਲ ਬਖਸ਼ਣਾ। ਤੁਸੀਂ ਸਾਰੇ ਲੋਕ ਸਾਡੇ ਪਰਿਵਾਰ ਦੇ ਨਾਲ ਦੁੱਖ ਵੰਡਾਉਣੇ ਇਕੱਤਰ ਹੋਏ ਹੋ, ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਹੱਥ ਜੋੜ ਕੇ ਧੰਨਵਾਦ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਓਮ ਸਵਰਗੀ ਰਾਜਕੁਮਾਰ ਸਹਿਗਲ ਜੀ ਦਾ ਪਰਿਵਾਰ, ਕੇਡੀ ਭੰਡਾਰੀ ਜੀ ਨੇ ਅੱਜ ਸਾਰਾ ਹੀ ਬਾਜ਼ਾਰ ਬੇਦੀ ਸਾਹਿਬ ਬੈਠੀ ਹੈ, ਸ਼ੂਜ ਐਸ਼ੋਸੀ ਸਿਮਰਨ ਚੰਦਾ ਜੀ ਹਾਂਡਾ ਜੀ ਅਰੋੜਾ ਮਹਾਂਸਭਾ ਵੱਲੋਂ, ਰਿਸ਼ੀ ਅਰੋੜਾ ਜਤਿੰਦਰ ਅਰੋੜਾ ਜੀ। ਮੈਂ ਪਹਿਲਾਂ ਵੀ ਕਿਹਾ ਕਿ ਬਾਜ਼ਾਰ ਦੇ ਸਾਰੇ ਸਦੱਸਿਆ, ਖਾਸ ਤੌਰ 'ਤੇ ਜਿਹਨਾਂ ਕੋਲ ਮਨੋਹਰ ਲਾਲ ਜੀ ਬੈਠਦੇ ਸੀ, ਕਦੀ ਮੇਰੀ ਦੁਕਾਨ 'ਤੇ ਆ ਕੇ ਮੇਰੇ ਕੋਲ ਬੈਠ ਜਾਣਾ, ਸਾਹਮਣੇ ਜਸਪਾਲ ਕੋਲ, ਟੋਨੀ ਕੋਲ ਔਰ ਮੂਲ ਚੰਦ ਮੰਗੋ ਪਰਿਵਾਰ ਦੀ ਬੇਟੀ ਜਿਹੜੀ ਰੱਤੀ ਲਾਲ ਜੀ ਦੇ ਪਰਿਵਾਰ ਦੇ ਵਿੱਚ ਹੈ, ਮਾਗੋ ਪਰਿਵਾਰ ਵੱਲੋਂ ਔਰ ਖਾਸ ਤੌਰ 'ਤੇ ਸ਼ਾਮ ਸੁੰਦਰ ਜੀ, ਤੁਸੀਂ ਬਹੁਤ ਸਮਝਦਾਰ ਹੋ। ਠੀਕ ਹੈ, ਵਿਆਹ ਬੇਸ਼ੱਕ ਕੱਲ੍ਹ ਦੀਆਂ ਗੱਲਾਂ, 45-45 ਸਾਲ ਹੋ ਗਏ,
ਮੇਰੀ ਹੱਥੀ ਹੋਏ। ਤੁਸੀਂ ਸ਼ਾਮ ਸੁੰਦਰ ਜੀ ਬਹੁਤ ਸਮਝਦਾਰ ਡੰਗ ਪਰਿਵਾਰ ਔਰ ਸਤਪੰਥ ਸਤੀਜਾ ਜੀ ਔਰ ਅਲੋਕ ਨਾਥ ਜੀ ਨਾਰਾਇਣ ਪਰਿਵਾਰ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ। ਡੋਲੀ ਤੂੰ ਹੁਣ ਗੁਲਾਟੀ ਪਰਿਵਾਰ ਦੀ ਬਹੂ ਨੂੰ ਬੇਟੀ ਹੈ, ਇੱਕ ਸ਼ੇਰਨੀ ਬਣ ਕੇ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਥੱਲੇ ਲੈ ਕੇ ਠੀਕ ਹੈ ਨਾਲ ਨਵਿੰਦਰ ਜੀ ਬੈਠੇ ਆ। ਜੇ ਤੂੰ ਆਪ ਦਿਲ ਛੱਡ ਜਾਏਗੀ ਨਾ ਤੇਰੇ ਨਾਲ ਪੇਕੇ ਵੀ ਚੱਲ ਪੈਣਗੇ ਤੇ ਸਹੁਰੇ ਵੀ ਚੱਲ ਪੈਣਗੇ ਤੇ ਸਮਾਜ ਵੀ ਚੱਲ ਪਏਗਾ। ਮੈਂ ਦੋਨਾਂ ਮਾਈਆਂ ਨੂੰ ਲਵ ਕੁਸ਼ ਦੀ ਜੋੜੀ ਨੂੰ ਇਹ ਵੀ ਕਹਾਂਗਾ ਬੇਟਾ ਆਪਣੀ ਮਾਂ ਦੀ ਸੇਵਾ ਕਰ। ਮਹਿਸੂਸ ਵੀ ਨਾ ਹੋਣ ਦੇਈ ਹੋ ਕਿ ਮਨੋਹਰ ਲਾਲ ਜੀ ਹੈ ਜਾਂ ਨਹੀਂ। ਅਜਨ ਪਰਿਵਾਰ, ਸੁਖੀਜਾ ਪਰਿਵਾਰ, ਨਾਰੰਗ ਪਰਿਵਾਰ, ਕਤਿਆਲ ਪਰਿਵਾਰ, ਮੱਕੜ ਪਰਿਵਾਰ, ਸਤਲੋਕ ਪਰਿਵਾਰ, ਰਾਮ ਪਰਿਵਾਰ, ਗੁਲਾਟੀ ਪਰਿਵਾਰ ਔਰ ਢੀਂਗੜਾ ਪਰਿਵਾਰ, ਮੂੰਗਾ ਪਰਿਵਾਰ, ਰਮੇਸ਼ ਕੀ ਖੁਰਾਣਾ ਪਰਿਵਾਰ, ਦਿੱਲੀ ਔਰ ਸਾਰੀ ਸੰਗਤ ਵੱਲੋਂ ਮਿਲ ਕੇ ਦੋ ਮਿੰਟ ਵਾਸਤੇ ਮੈਂ ਸ਼ਰਧਾਂਜਲੀ ਨਹੀਂ ਕਹਾਂਗਾ ਕਿਉਂਕਿ ਇਹ ਸ਼ਰਧਾਂਜਲੀ ਦੇ ਹਾਲੇ ਬੀਬੀ ਸਾਹਿਬ ਯੋਗ ਨਹੀਂ ਸੀ। ਇਹ ਗੁਰਬਾਣੀ ਦਾ ਸ਼ਬਦ ਹੈ ਕਿ ਜਨ ਕੀ ਅਰਦਾਸ, ਅਰਦਾਸ ਕਰਾਂਗੇ ਕਿ ਗੁਰੂ ਮਹਾਰਾਜ ਇਹਨਾਂ ਨੂੰ ਬੇਟੇ ਨੂੰ ਗੁਲਾਟੀ ਪਰਿਵਾਰ ਦੇ ਸਮੁੱਤਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਵੇ ਔਰ ਗੁਲਾਟੀ ਪਰਿਵਾਰ ਢਿੰਗੜਾ ਪਰਿਵਾਰ ਵਿੱਚ ਜਿਹੜਾ ਦੁੱਖ ਹੋਇਆ ਹੈ ਦੁੱਖ ਸਹਿਣ ਵਾਸਤੇ ਸਹਿਣਸ਼ੀਲਤਾ ਸ਼ਕਤੀ ਆਦਿ ਪ੍ਰਦਾਨ ਕਰੇ। ਕਿਉਂਕਿ ਸ਼ਾਸਤਰ ਕਹਿੰਦਾ ਘਰ ਵਿੱਚ ਦੁੱਖ ਹੋਵੇ ਜਾਂ ਸੁੱਖ ਹੋਵੇ, ਸੁਭਾਸ਼ ਜੀ ਇਹ ਗੱਲ ਯਾਦ ਰੱਖਣਾ, ਪਿਤਰੀਆਂ ਦੇ ਨਾਂ ਦੇ ਉੱਤੇ ਪਹਿਲੇ ਦਾਨ ਜ਼ਰੂਰ ਦੇਣਾ ਚਾਹੀਦਾ। ਜੇ ਪਿਤਰੀ ਪ੍ਰਸੰਨ ਹੋ ਗਏ ਤੇ ਸਮੇਂ ਦਾ ਸਾਰਾ ਸਮਾਜ ਪ੍ਰਸੰਨ ਹੋ ਗਿਆ। ਇਹ ਦੇਵੀ ਕਲਾ ਵਾਸਤੇ, ਕੁਸ਼ਟ ਆਸਣ ਵਾਸਤੇ, ਪਿੰਗਲਵਾੜਾ ਵਾਸਤੇ, ਨਕੋਦਰ ਵਾਸਤੇ, ਵਿਆਸ ਵਾਸਤੇ, ਸੱਤ ਕਰਤਾਰ ਵਾਸਤੇ, ਸੱਚਨਾ ਮੰਦਰ, ਬੜੇ ਬੜੇ ਧਰਮ ਸਥਾਨਾਂ ਵਾਸਤੇ, ਗੁਰਦੁਆਰੇ ਵਾਸਤੇ, ਯਥਾ ਸ਼ਕਤੀ ਜੋ ਕੁਛ ਹੈ ਆਪਣੇ ਪਿਤਾ ਦੇ ਨਾਮ ਦੇ ਉੱਤੇ ਦਾਨ ਦੇਣਗੇ। ਹੁਣ ਟਾਈਮ ਹੋ ਚੁੱਕਿਆ ਹੈ, ਲੰਗਰ ਦਾ ਆਯੋਜਨ ਹੈ, ਲੰਗਰ ਗ੍ਰਹਿਣ ਕਰਕੇ ਜਾਣਾ, ਚਾਹੇ ਜਲ ਪਾਨ ਗ੍ਰਹਿਣ ਕਰਕੇ ਜਾਣਾ, ਪੈਸਾ ਨਹੀਂ। ਨਾਨਕ ਦਾਸ ਦਾ ਜਿਹੜਾ ਤੌਲੀਆ ਲਿਆਉਂਦਾ ਹੈ, ਤੌਲੀਆ ਲਿਆਓ, ਬੱਚਿਆਂ ਦੇ ਕੰਧੇ ਉੱਤੇ ਰੱਖੀਏ ਔਰ ਸ਼ਾਂਤੀ ਪਾਠ ਕਰਕੇ ਅੱਜ ਦੀ ਇਸ ਸ਼ੋਕ ਸਭਾ ਨੂੰ ਵਿਸਰਜਨ ਕਰੀਏ। ਆਪਣਾ ਸਤਪਾਲ ਜੀ ਆਪਣਾ